ਬੀਤੇ ਦਿਨੀ ਗੁਰਿੰਦਰ ਸਿੰਘ ਖਾਲਸਾ ਤੇ ਫਿਸ਼ਰ ਸਿੰਘ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ, ਜਿੱਥੇ ਫਿਸ਼ਰ ਦੇ ਮੇਅਰ ਸਕਾਟ ਫੈਡਨੈਸ ਵੱਲੋਂ ਸ਼ਹਿਰ ਦੇ ਯੋਜਨਾ ਕਮਿਸ਼ਨ ਦੇ ਨਵੇਂ ਬੋਰਡ ਮੈਂਬਰ ਵਜੋਂ ਗੁਰਿੰਦਰ ਸਿੰਘ ਖਾਲਸਾ ਦੀ ਨਿਯੁਕਤੀ ਦਾ ਐਲਾਨ ਵੀ ਕੀਤਾ ਗਿਆ। ਪੇਸ਼ ਹੈ ਖਾਸ ਰਿਪੋਰਟ। ਬੀਤੇ ਦਿਨੀ ਗੁਰਿੰਦਰ ਸਿੰਘ ਖਾਲਸਾ ਤੇ ਫਿਸ਼ਰ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਬਿਲਡਿੰਗ ਦੇ $3 ਮਿਲੀਅਨ ਦੇ ਬਿਲਡਿੰਗ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੇਅਰ ਸਕਾਟ ਫੈਡਨੈਸ, ਫਿਸ਼ਰ ਦੇ ਪੁਲਿਸ ਅਫਸਰ ਟ੍ਰਾਇਫ ਟਿੰਜ਼ਰ, ਨੋਬਲਜ਼ਵਿਲ ਜੀਓਪੀ ਕੋਚੀਅਰ ਟਿਫਨੀ ਪੈਸਕੋਵ ਅਤੇ ਹੋਰ ਸ਼ਖਸੀਅਤਾਂ ਪਹੁੰਚੀਆਂ। ਜ਼ਿਕਰਯੋਗ ਹੈ ਕਿ ਫਿਸ਼ਰਸ ਅਤੇ ਨੋਬਲਜ਼ਵਿਲ ਦੇ ਅੰਦਰ ਤੇਜ਼ੀ ਨਾਲ ਵੱਧ ਰਹੇ ਸਿੱਖ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕਮਿਊਨਿਟੀ ਦੇ ਮੈਂਬਰ ਅਤੇ ਪ੍ਰਬੰਧਕ ਨਵੇਂ ਵਿਕਾਸ ਤੇ ਅਣਥੱਕ ਕੰਮ ਕਰ ਰਹੇ ਨੇ। ਇਸ ਮੌਕੇ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਇਸ ਇਲਾਕੇ ਵਿੱਚ ਸਿੱਖ ਭਾਈਚਾਰੇ ਨੇ 5 ਪਰਿਵਾਰਾਂ ਤੋਂ ਵੱਧ ਕੇ 500 ਪਰਿਵਾਰ ਤੋਂ ਵੱਧ ਪਰਿਵਾਰਾਂ ਦਾ ਵਾਅਦਾ ਕੀਤਾ ਹੈ, ਜਿਸ ਦੇ ਮੱਦੇਨਜ਼ਰ 6 ਮਹੀਨਿਆਂ ਦੇ ਅੰਦਰ ਅੰਦਰ ਹੀ ਗੁਰਦੁਆਰਾ ਸਾਹਿਬ ਜੀ ਦਾ ਨਵਾਂ ਪ੍ਰੋਜੈਕਟ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਤੇ ਇੱਕ ਖਾਸ ਅਨਾਊਂਸਮੈਂਟ ਨੇ ਗੁਰਿੰਦਰ ਸਿੰਘ ਖਾਲਸਾ ਨੂੰ ਅਚੰਭਿਤ ਕਰ ਦਿੱਤਾ। ਇਹ ਅਨਾਊਂਸਮੈਂਟ ਸੀ ਮੇਅਰ ਸਕਾਟ ਫੈਡਨੈਸ ਵੱਲੋਂ ਸ਼ਹਿਰ ਦੇ ਯੋਜਨਾ ਕਮਿਸ਼ਨ ਦੇ ਨਵੇਂ ਬੋਰਡ ਮੈਂਬਰ ਵਜੋਂ ਗੁਰਿੰਦਰ ਸਿੰਘ ਖਾਲਸਾ ਦੀ ਨਿਯੁਕਤੀ ਦਾ ਐਲਾਨ ਕਰਨਾ। ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਫਿਸ਼ਰ ਦੇ ਮੇਅਰ ਸਕਾਟ ਫੈਡਨੈਸ ਨੂੰ ਇੱਕ ਤਮਗਾ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਦੇ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।